ਅਸੀਂ ਕਾਫੀ ਕੰਮ ਕਰ ਚੁੱਕੇ ਆ ਜੀ ਪਹਿਲਾਂ ਆਪਣੇ ਹਲਕੇ ਦੇ ਵਿੱਚ ਦਿਨਾਂ ਹਲਕੇ ਦੇ ਵਿੱਚ ਕਿਉਂਕਿ ਅਸੀਂ ਡੋਰ ਟੂ ਡੋਰ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਚੁੱਕੇ ਆ ਬੜੇ ਸਾਫ ਤੇ ਸਪਸ਼ਟ ਸ਼ਬਦਾਂ ਵਿੱਚ ਜਦੋਂ ਆਮ ਲੋਕ ਪਰਿਵਰਤਨ ਦੇ ਬਾਰੇ ਸੋਚਦੇ ਨੇ ਤੇ ਪਰਿਵਰਤਨ ਤੇ ਪਰਿਵਰਤਨ ਕੇਵਲ ਆਮ ਆਦਮੀ ਪਾਰਟੀ ਹੀ ਲਿਆ ਸਕਦੀ ਹੈ ਤੇ ਪਰਿਵਰਤਨ ਦਾ ਨਾਂ ਹੀ ਆਮ ਆਦਮੀ ਪਾਰਟੀ ਸਸਕਾ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੇ ਮੈਂ ਹਾਂ ਰਾਜੇਸ਼ ਅਲੂਣਾ 2022 ਦੇ ਇਲੈਕਸ਼ਨਾਂ ਨੂੰ ਲੈ ਕੇ ਜਿਹੜਾ ਹੈ ਉਹ ਕੁਝ ਹੀ ਸਮਿਆਂ ਦੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਇਲੈਕਸ਼ਨ ਹੋਣ ਜਾ ਰਹੇ ਨੇ ਪੰਜਾਬ ਦੇ ਵਿੱਚ ਜਿਸ ਦੇ ਮੱਦੇਨਜ਼ਰ ਪਾਰਟੀਆਂ ਆਪਣਾ ਏਟੀ ਚੋਟੀ ਦਾ ਜੋ ਜ਼ੋਰ ਹੈ ਉਹ ਲਗਾਉਂਦੀਆਂ ਪਈਆਂ ਨੇ ਗੱਲ ਹਲਕਾ ਦੀਨਾਨਗਰ ਦੀ ਕਰਦੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਮਸ਼ੇਰ ਸਿੰਘ ਵੱਲੋਂ ਜਿਹੜਾ ਹੈ ਉਹ ਧਾਰਮਿਕ ਸਥਾਨਾਂ ਦਾ ਵੀ ਜਿਹੜਾ ਹੈ ਉਹ ਉੱਥੇ ਜਾ ਕੇ ਨਮਸਤਕ ਹੁੰਦੇ ਪਏ ਨੇ ਮੱਥਾ ਟੇਕਦੇ ਪਏ ਨੇ ਸੋ ਉਸਦੇ ਦੇ ਮੱਦੇਨਜ਼ਰ ਅੱਜ ਦੀਨਾਨਗਰ ਦੇ ਇੱਕ ਇਤਿਹਾਸਿਕ ਮੱਠ ਦੇ ਵਿੱਚ ਜਿਹੜਾ ਹੈ ਉਹ ਪਹੁੰਚੇ ਨੇ ਔਰ ਸਵਾਮੀ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਹੈ ਸਾਡੇ ਨਾਲ ਮੌਜੂਦ ਵੀ ਨੇ ਗੱਲਬਾਤ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਮੱਠ ਦੇ ਜੋ ਸਵਾਮੀ ਨੇ ਉਹ ਉਹਨਾਂ ਦੇ ਨੇੜੇ ਜਿਹੜੇ ਆ ਉਹ ਬੈਠੇ ਹੋਏ ਨੇ ਔਰ ਨਮਸਤਕ ਹੋਣ ਆਏ ਨੇ ਸ਼ਮਸ਼ੇਰ ਸਿੰਘ ਦੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਹਿਲਾਂ ਤਾਂ ਸਵਾਮੀ ਜੀ ਨਾਲ ਗੱਲਬਾਤ ਕਰਦੇ ਹਾਂ ਕੀ ਕਿੱਦਾਂ ਦੇਖਦੇ ਨੇ ਇਸ ਚੀਜ਼ ਨੂੰ ਸਵਾਮੀ ਜੀ ਸਵਾਗਤ ਕਰਦੇ ਹਾਂ ਜੀ ਚੈਨਲ ਤੇ ਹਾਂਜੀ ਹਮਾਰੇ ਮਾਨਨੀਯ ਆਪ ਪਾਰਟੀ ਕੇ ਉਮੀਦਵਾਰ ਸ਼ਮਸ਼ੇਰ ਸਿੰਘ ਜੀ ਆਜ ਸੇ ਨਹੀਂ ਅਪਿਤੂ ਬਰਸੋਂ ਸੇ ਮਠ ਕੇ ਸਾਥ ਰਹੇ ਹੈ ਮਠ ਕੇ ਹਰ ਸੁਖ ਦੁੱਖ ਮੇ ਸਾਂਝੀਦਾਰ ਰਹੇ ਹੈ ਤੇ ਪਹਿਲੇ ਵੀ ਮੇਰੇ ਪਾਸ ਆਉਂਦੇ ਸਨ ਅੱਜ ਵੀ ਆਏ ਹੈ ਤੇ ਮੈਂ ਪਰਮਾਤਮਾ ਸੇ ਅਰਦਾਸ ਕਰਨਾ ਕਿ ਇਹ ਪਰਮਾਤਮਾ ਇਨਕੋ ਚੜ੍ਹਦੀ ਕਲਾ ਚ ਰੱਖੇ ਔਰ ਇਨਕੀ ਜੋੜੀ ਕੇ ਅੰਦਰ ਸੁਖ ਸਮਰਧੀ ਔਰ ਵਿਜੇ ਕੋ ਦੇ ਹਮ ਪਰਮਾਤਮਾ ਸੇ ਇਹ ਅਰਦਾਸ ਕਰਨੇ ਸਵਾਮੀ ਜੀ ਕਿਆ ਲੱਗਤਾ ਹੈ ਜੈਸੇ ਜਬ ਕੋਈ ਉਮੀਦਵਾਰ ਜਾਂ ਕੋਈ ਕੋਈ ਇੱਕ ਮਤਲਬ ਲੋਕ ਜੋ ਆਪਕੇ ਯਹਾਂ ਪੇ ਪਹੁੰਚਤੇ ਆਪਕਾ ਆਸ਼ੀਰਵਾਦ ਪ੍ਰਾਪਤ ਕਰਨੇ ਪਹੁੰਚੇ ਹੈ ਯਹਾਂ ਪੇ ਸ਼ਮਸ਼ੇਰ ਸਿੰਘ ਜੀ ਕੈਸਾ ਮਹਿਸੂਸ ਹੋਤਾ ਹੈ ਔਰ ਜਬ ਲੋਕ ਆਤੇ ਹੈ ਲੋਕ ਇਹ ਪਰਿਵਰਤਨ ਚਾਹਤੇ ਹੈ ਲੋਕ ਪਰਿਵਰਤਨ ਚਾਹ ਰਹੇ ਹੈ ਕਿ ਪਰਿਵਰਤਨ ਹੋ ਤੋ ਔਰ ਪਰਮਾਤਮਾ ਪੰਜਾਬ ਕੀ ਸੁਣੇਗਾ ਔਰ ਪਰਮਾਤਮਾ ਜੋ ਹੈ ਇਹ ਪੰਜਾਬ ਕੇ ਅੰਦਰ ਇੱਕ ਅੱਛੀ ਸਰਕਾਰ ਲਿਆਏਗੀ ਔਰ ਅੱਛੀ ਸਰਕਾਰ ਲਿਆ ਕੇ ਲੋਕੋ ਕਾ ਕਲਿਆਣ ਕਰੇਗੀ ਇਹ किस तरह का परिवर्तन लोग चाहते हैं किस तरह चाहते हैं हर प्रकार की सुख सुविधा उपलब्ध हो कागजों में ना हो पाते प्रैक्टिकल हो ऐसा लोग चाहते हैं ਸੋ ਤੁਸੀਂ ਦੇਖ ਸਕਦੇ ਹੋ ਕਿ ਮੱਠ ਦੇ ਜੋ ਸਵਾਮੀ ਜੀ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਲੋਕ ਜਿਹੜੇ ਨੇ ਉਹ ਕਿਸੇ ਹੋਰ ਪਾਰਟੀ ਨੂੰ ਇਸ ਵਾਰ ਦੇਖਣਾ ਜਿਹੜਾ ਉਹ ਪਸੰਦ ਕਰਦੀ ਹੈ ਤੇ ਤੀਜੀ ਜਿਹੜੀ ਪਾਰਟੀ ਹੈ ਉਸਨੂੰ ਆਮ ਆਦਮੀ ਪਾਰਟੀ ਦਾ ਨਾਮ ਹੀ ਜਿਹੜਾ ਉਹ ਦਿੱਤਾ ਗਿਆ ਹੈ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ ਵੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਸ਼ਮਸ਼ੇਰ ਸਿੰਘ ਜੀ ਸਵਾਗਤ ਕਰਦੇ ਹਾਂ ਚੈਨਲ 27 ਨਿਊਜ਼ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਸਾਡੇ ਮੱਠ ਵਿੱਚ ਸਾਡੇ ਬਹੁਤ ਸਤਿਕਾਰ ਜੋ ਸਵਾਮੀ ਜੀ ਨੇ ਉਹਨਾਂ ਦਾ ਅਸੀਂ ਆਸ਼ੀਰਵਾਦ ਲੈਣ ਆਏ ਹਾਂ ਮੇਰੇ ਨਾਲ ਸਾਰੀ ਮੇਰੀ ਹਲਕੇ ਦੀ ਪੂਰੀ ਟੀਮ ਹੈ ਸੋ ਮਤਲਬ ਵੀ ਸਾਡੇ ਕਾਫੀ ਅਸੀਂ ਪਹਿਲਾਂ ਵੀ ਕਾਫੀ ਵਾਰੀ ਆਉਂਦੇ ਰਹਿੰਦੇ ਹਾਂ ਇੱਥੇ ਲੇਕਿਨ ਹੁਣ ਵੀ ਮਤਲਬ ਵੀ ਸਾਰੀ ਟੀਮ ਦੀ ਇੱਛਾ ਸੀ ਕਿ ਅਸੀਂ ਸਵਾਮੀ ਜੀ ਕੋਲੋਂ ਆਸ਼ੀਰਵਾਦ ਲੈ ਕੇ ਆਈਏ ਸੋ ਇਸ ਕਰਕੇ ਟੀਮ ਸਮੇਤ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ ਕੋਵਿਡ ਦੀਆਂ ਹਿਦਾਇਤਾਂ ਦੇ ਅਨੁਸਾਰ ਜਿਹੜਾ ਹੈ ਕੋਵਿਡ ਦੇ ਮੱਦੇਨਜ਼ਰ ਜਿਹੜਾ ਹੈ ਉਹ ਚੋਣ ਕਮਿਸ਼ਨ ਵੱਲੋਂ ਜਿਹੜਾ ਹੈ ਉਹ ਇੱਕ ਰੋਕ ਲਗਾਈ ਗਈ ਹੈ ਕਿ ਕੰਪੇਨਿੰਗ ਜਿਹੜੀ ਹੈ ਸੋਸ਼ਲ ਮੀਡੀਆ ਦੁਆਰਾ ਕੀਤੀ ਜਾਏਗੀ ਕਿੰਨਾ ਕੁ ਨੁਕਸਾਨ ਜਿਹੜਾ ਹੈ ਉਸ ਚੀਜ਼ ਦਾ ਹੋਵੇਗਾ ਅਸੀਂ ਕਾਫੀ ਕੰਮ ਕਰ ਚੁੱਕੇ ਹਾਂ ਜੀ ਪਹਿਲਾਂ ਆਪਣੇ ਹਲਕੇ ਦੇ ਵਿੱਚ ਦਿਨਾਂ ਹਲਕੇ ਦੇ ਵਿੱਚ ਕਿਉਂਕਿ ਅਸੀਂ ਡੋਰ ਟੂ ਡੋਰ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਚੁੱਕੇ ਹਾਂ ਸੋ ਹੁਣ ਚਾਹੇ ਹਦਾਇਤਾਂ ਦੇ ਮੁਤਾਬਕ ਅਸੀਂ ਕੁਛ ਲਿਮਿਟਡ ਬੰਦੇ ਹੀ ਲੈ ਕੇ ਜਾ ਸਕਦੇ ਹਾਂ ਲੇਕਿਨ ਅਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਸਾਡਾ ਚੱਲ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਵੀ ਕਾਫੀ ਲੋਕ ਸਾਡੇ ਨਾਲ ਜੁੜੇ ਨੇ ਔਰ ਸਾਨੂੰ ਕਾਫੀ ਅੱਛਾ ਰਿਸਪੋਂਸ ਆ ਰਿਹਾ ਸੋ ਮੈਂ ਇਹੀ ਉਮੀਦ ਕਰਦਾ ਕਿ ਕਮਿਸ਼ਨ ਦਾ ਜੋ ਫੈਸਲਾ ਹੋਏਗਾ ਉਹ ਅਸੀਂ ਸਾਰੇ ਮੰਨਾਂਗੇ ਲੇਕਿਨ ਇਹ ਹੈ ਕਿ ਜਿਹੜੇ ਲੋਕ ਨੇ ਉਹ ਆਮ ਆਦਮੀ ਪਾਰਟੀ ਨਾਲ ਇਸ ਵੇਲੇ ਬਿਲਕੁਲ ਜੁੜ ਚੁੱਕੇ ਨੇ ਚਾਹੇ ਸੋਸ਼ਲ ਮੀਡੀਆ ਰਾਹੀਂ ਜੁੜਨ ਚਾਹੇ ਇਲੈਕਟ੍ਰੋਨਿਕ ਮੀਡੀਆ ਨਾਲ ਚਾਹੇ ਡੋਰ ਟੂ ਡੋਰ ਕਿਉਂਕਿ ਕਾਫੀ ਲੋਕਾਂ ਦੇ ਹਰ ਰੋਜ਼ ਫੋਨ ਆ ਰਹੇ ਨੇ ਕਿ ਉਹ ਸਾਡੇ ਨਾਲ ਜੁੜ ਰਹੇ ਨੇ ਸੋ ਲੋਕਾਂ ਦੇ ਵਿੱਚ ਬਹੁਤ ਕਿਰਿਓਸਿਟੀ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹ ਚੋਣ ਆਣ ਚੋਣਾਂ ਦਾ ਸਮਾਂ ਵੀ ਫਿਕਸ ਹੋ ਚੁੱਕਾ ਔਰ ਲੋਕ ਕਾਹਲੇ ਨੇ 14 ਫਰਵਰੀ ਦੇ ਦਿਨ ਨੂੰ ਦੇਖਣ ਲਈ
कि कदों 14 फरवरी आए और असी झाड़ू दे वोट पा के आम आदमी पार्टी सरकार बनाई। जो इदा दे धार्मिक स्थानां दे उत्ते जिहड़ा है आया जांदा, नमस्तक होया जांदा है, इदा दे महापुरशां तों आशीर्वाद प्राप्त किया जाता है, किदां दा मनोबल जिहड़ा है ओह वधदा है? देखो जी, स्वामी जी ने पहला भी साडे नाल आशीर्वाद है स्वामी जी का, सो असी गाहे बगाहे जदों भी मतलब असी आते जाते रहने इतने स्वामी जी को आशीर्वाद लैके जाने। सो अज भी असी टीम की इच्छा सी कि एक साडा बहुत पुराना साडा मठ है, साडी जगह, तो असी इतों आशीर्वाद लैना। तो असी काफ़ी सारे हल्के दे करीब साडे अहुदेदार आए हैं, सो इस करके अहुदेदार नाल अज मैं आशीर्वाद लैन जिहड़ा ओह मन नूं बहुत खुशी मिलती है कि शांति का प्रतीक है मठ साडा। सो इस करके असी सांझीवालता का प्रतीक है, सो असी सारे इत्थे नतमस्तक होने लई आए। स्वामी जी वालों आशीर्वाद दिता गया है कि वधो फलो अगे वधो, तो किदां देखदे आ सीज नूं कि उन्होंने ये भी कहा है कि जिहड़ियां बाकी पार्टियां ने वह दावे वादे करदियां ने, लेकिन इस बार पंजाब जिहड़ा है वह एक बदलाव चाहती है, किदां देखदे आ? बड़े साफ ते स्पष्ट शब्दों में जदों आम लोग परिवर्तन दे बारे सोचते हैं, तो परिवर्तन ते परिवर्तन केवल आम आदमी पार्टी ही लिया सकती है, तो परिवर्तन का ना ही आम आदमी पार्टी है। सो इस करके जिहड़ा परिवर्तन है वह आम आदमी पार्टी ही लियाएगी, तो लोग आम आदमी पार्टी ही पसंद कर रहे हैं, इस करके लोग वेट कर रहे हैं कि कदों 14 फरवरी आए और झाड़ू के मोहर ला के आम आदमी पार्टी सरकार बनाई। शुक्रिया। सो इस साडे नाल शमशेर सिंह जी, जिन्हों वालों साफ तौर पर दसिया गया है कि जो आम आदमी पार्टी का क्रेज है लोगों के दिन पर दिन जिहड़ा है वह वधदा जा रहा है और लोग भी जिहड़े ने वह बदलाव चाहते हैं, और दसिया गया है शमशेर सिंह वालों कि जो इदा के धार्मिक स्थानों के उत्ते नमस्तक होंगे ना, इन्हां महापुरशां के आशीर्वाद प्राप्त करते हैं, तो मनोबल जिहड़ा है वह होर भी वधदा है। होर भी अपडेट अपने चैनल के माध्यम से राही तुहाडे नाल सांझियां करते रहेंगे अपने सहयोगी राजन रंधावा के नाल। मैं राजेश अरुणा, स्काई न्यूज़ पंजाब दी नाल। ऑल वर्ल्ड ओपन चैलेंज, तुरंत समाधान, ए टू जेड समस्यावां दा घर बैठे समाधान। 72 शक्तियां दे माहिर, 21 वार गोल्ड मेडलिस्ट, वर्ल्ड फेमस बाबा सुल्तान बंगाली स्पेशलिस्ट, ग्रह क्लेश, नौकरी प्रमोशन, कारोबार च रुकावट, व्याज रुकावट, संतान हीनता, तलाक, कोर्ट केस, सौतन दुश्मन तो छुटकारा, वशीकरण, मुटकरनी, सारियां थावां तो निराश हो, हुने संपर्क करो बाबा सुल्तान बंगाली दिनाल। बाबा सुल्तान बंगाली 7230999170। हर खबर दी ताजा अपडेट दे लई साडे YouTube चैनल नु सब्सक्राइब करो, Facebook चैनल नु लाइक अते शेयर करो।